ਅਮਰੀਕਾ ਦੀ ਰਾਜਨੀਤੀ ਦੇ ਵਿੱਚ ਸਿੱਖਾਂ ਦੀ ਕੋਈ ਬਹੁਤੀ ਵੱਡਾ ਰੋਲ ਨਹੀਂ ਰਿਹਾ, ਪਰ ਦਲੀਪ ਸਿੰਘ ਸੌਂਹ ਜਿਹੜਾ ਪਹਿਲਾ ਕਾਂਗਰਸਮੈਨ ਹੈ, ਏਸ਼ੀਆ ਦੇ ਪਹਿਲਾ ਏਸ਼ੀਆਈ ਕਾਂਗਰਸਮੈਨ ਸੀਗਾ, ਉਦੋਂ ਆ ਕੇ ਸਿੱਖ ਜਿਹੜਾ ਇੱਕ ਆਈਡੈਂਟੀ ਦੇ ਵਿੱਚ ਉਹ ਦੋ ਵਾਰੀ ਕਾਂਗਰਸ ਦੇ ਮੈਂਬਰ ਰਹੇ ਨੇਗੇ। ਟਰੰਪ ਆਪਣੇ ਆਪ 'ਚ ਇੱਕ ਸਬਜੈਕਟ ਹੋ ਗਿਆ, ਇੱਕ ਇਸ਼ੂ ਹੋ ਗਿਆ, ਉਹ ਕੀ ਕਰਦਾ, ਕੀ ਬਿਹੇਵ ਕਰਦਾ, ਕੀ ਬੋਲਦਾ, ਸਾਰੀ ਬਹਿਸ ਹੈ ਜਿਹੜੀ ਬਹੁਤੀ ਉੱਥੇ ਚੱਲ ਪੈਂਦੀ ਹੈ। ਅਮੈਰੀਕਾ ਦੇ ਵਿੱਚ ਕੁਦਰਤੀ ਅਨਫਾਰਚੂਨੇਟਲੀ ਸਿੱਖ ਬਿਲਕੁਲ ਆਟੇ 'ਚ ਲੂਣ ਵਾਲੀ ਗੱਲ ਹੀ ਹੋ ਗਈ। ਕਮਿਊਨਿਟੀ ਨੇ ਐਜ ਇਟ ਇਜ਼ ਦਾ, ਜੇ ਆਪਾਂ ਕਹੀਏ ਕਿ ਜਿੰਨੀਆਂ ਵੀ ਸਿੱਖ ਔਰਗੇਨਾਈਜੇਸ਼ਨ ਨੇ, ਉਹਨਾਂ ਨੇ ਕੋਈ ਬਹੁਤਾ ਕਲੀਅਰ ਕੱਟ ਡਿਸੀਜਨ ਜਾਂ ਕਾਲ ਨਹੀਂ ਦਿੱਤੀ, ਨਾ ਹੀ ਗੁਰਦੁਆਰਾ ਪੋਲੀਟਿਕਸ ਦੇ ਵਿੱਚ ਇਸ ਕਿਸਮ ਦੀ ਹੁੰਦੀ ਹੈ, ਇਹ ਤਾਂ ਉੱਥੇ ਪੋਜ਼ਿਟਿਵ ਗੱਲ ਹੈ। ਸੋ ਛੋਟੇ ਛੋਟੇ ਗਰੁੱਪਾਂ ਦਾ ਜੇ ਕਹੀਏ ਆਪਾਂ, ਜਿਹੜੇ ਕਿ ਕੋਈ ਡੈਮੋਕ੍ਰੇਟਾਂ ਨਾਲ ਪਹਿਲੀ ਐਕਟਿਵ ਤੌਰ 'ਤੇ ਕੰਮ ਕਰਦੇ ਨੇ, ਮਤਲਬ ਇੱਕ ਤਾਂ ਇਹ ਹੈਗਾ ਕਿ ਸਿੱਖ ਹਾਲ ਤੱਕ ਜੇ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਸਿੱਖਾਂ ਦੀ ਕੋਈ ਬਹੁਤੀ ਵੱਡਾ ਰੋਲ ਨਹੀਂ ਰਿਹਾ, ਪਰ ਦਲੀਪ ਸਿੰਘ ਸੌਂਹ ਜਿਹੜਾ ਪਹਿਲਾ ਕਾਂਗਰਸਮੈਨ ਹੈ, ਏਸ਼ੀਆ ਦੇ ਪਹਿਲਾ ਏਸ਼ੀਆਈ ਕਾਂਗਰਸਮੈਨ ਸੀਗਾ, ਉਦੋਂ ਆ ਕੇ ਸਿੱਖ ਜਿਹੜਾ ਇੱਕ ਆਈਡੈਂਟੀ ਦੇ ਵਿੱਚ ਉਹ ਦੋ ਵਾਰੀ ਕਾਂਗਰਸ ਦੇ ਮੈਂਬਰ ਰਹੇ ਨੇਗੇ, ਉਦੋਂ ਬਾਅਦ 'ਚ ਕੋਈ ਆਇਆ ਨਹੀਂ। ਸੋ ਜਦੋਂ ਕੋਈ ਤੁਹਾਡਾ ਨਾਇਕ ਹੈ ਨੀਗਾ, ਤੁਹਾਡਾ ਲੀਡਰ ਹੈ ਨੀਗਾ, ਇਹਦਾ ਮਤਲਬ ਹੈ ਕਿ ਕਮਿਊਨਿਟੀ ਲਈ, ਅਦਰਵਾਈਜ਼ ਤਾਂ ਕਮਿਊਨਿਟੀ ਉਹਦੇ ਪਿੱਛੇ ਲੱਗ ਕੇ ਕਰਦੀ ਹੈ ਕਿ ਸਾਡਾ ਇਹ ਡਿਸੀਜਨ ਹੈ। ਸੋ ਹੁਣ ਵੱਖ ਵੱਖ ਸੂਬਿਆਂ 'ਚ ਵੱਖ ਵੱਖ ਪੱਧਰਤੀ ਹੈ, ਕੈਲੀਫੋਰਨੀਆ ਜਿੱਦਾਂ ਹੈ ਡੈਮੋਕ੍ਰੇਟਾਂ ਦਾ, ਅਤੇ ਉੱਥੇ ਇੰਨੀ ਬੱਸੋਂ ਜਿਹੜੀ ਪੰਜਾਬੀ ਬੱਸੋਂ ਹੈਗੀ ਉਹ ਅੱਗੇ ਬਹੁਤਾ ਭੁਗਤਦੀ ਰਹੀ ਹੈ। ਐਤ ਕੀ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਲੱਗ ਰਿਹਾ ਥੋੜ੍ਹਾ ਜਿਹਾ ਕਿ ਐਤ ਕੀ ਜਿਸ ਕਿਸਮ ਦੀ ਮਦਦ ਦਿੱਤੀ ਹੈਗੀ ਇਹਨੇ ਛੋਟੇ ਹੋਟਲਾਂ ਵਾਲਿਆਂ ਨੂੰ, ਹੈ ਨਾ, ਰੈਸਟੋਰੈਂਟ ਵਾਲਿਆਂ ਨੂੰ ਦੇਤਾ ਹੋਰਾਂ ਨੂੰ, ਉਹਦੇ ਨਾਲ ਥੋੜ੍ਹਾ ਜਿਹਾ ਰਿਪਬਲਿਕਨ ਨੂੰ ਵੱਧ ਵੋਟ ਪੈ ਸਕਦੀ ਹੈਗੀ, ਪਰ ਪਾਉਣੀ ਹਰ ਇੱਕ ਨੇ ਇੰਡੀਵਿਜੁਅਲ ਆਪਣਾ ਦੇਖ ਕੇ ਹੈਗਾ। ਕੋਈ ਉੱਥੇ ਵੱਡਾ ਇਸ਼ੂ ਨਹੀਂ ਉੱਭਰਿਆ, ਐਜ ਸਿੱਖ ਕੋਈ ਇਸ਼ੂ ਨਹੀਂ ਉੱਭਰਿਆ, ਸਿੱਖਾਂ ਦਾ ਇਸ਼ੂ ਹੋਵੇ, ਜੇ ਉਹ ਹੋਵੇ ਫਿਰ ਉਹ ਪਤਾ ਲੱਗੇ ਕਿ ਕਿਹੜੀ ਪਾਰਟੀ ਕੀ ਸਟੈਂਡ ਲੈਂਦੀ ਹੈਗੀ। ਸੋ ਮਤਲਬ ਉਹੀ ਗੱਲ ਹੈ ਕਿ ਜਿਹੜੇ ਬਹੁਤ ਪੜ੍ਹੇ ਲਿਖੇ ਸੁਚੇਤ ਅਤੇ ਐਕਟਿਵ ਨੇ, ਪ੍ਰੋ ਹਿਊਮਨ ਰਾਈਟਸ ਨੇਗੇ, ਉਹ ਡੈਮੋਕ੍ਰੇਟ ਵੱਲ ਹੀ ਜਾਣੇ ਨੇਗੇ, ਜਿਹੜੇ ਕੱਟੜਵਾਦੀ ਨੇ ਜਾਂ ਜਿਹੜੇ ਫਿਰ ਦੂਜੇ ਆਪਣੇ ਆਪ ਨੂੰ ਆਈਡੈਂਟੀਫਾਈ ਇਹ ਕਰਦੇ ਨੇ ਕਿ ਅਸੀਂ ਤਾਂ ਧਨਾੜ ਹਾਂ, ਉਹਨਾਂ ਨੇ ਕਿਸਾਨਾਂ ਦੇ ਲਈ ਕੁਛ ਥੋੜ੍ਹਾ ਜਿਹਾ ਉਹ ਜਿਵੇਂ ਗੋਰਿਆਂ ਦਾ ਇੱਕ ਬਣਿਆ ਨਾ ਇੱਕ ਆਈਡੈਂਟੀ ਕੀਤੀ ਹੈ, ਉਹ ਥੋੜ੍ਹਾ ਜਿਹਾ ਉਹ ਨੈਚੁਰਲੀ ਅੱਗੇ ਵੀ ਇੱਧਰ ਹੀ ਆਉਂਦੇ ਰਿਪਬਲਿਕਨ ਬਣ ਐਤਕੀ। ਇੱਕ ਤਾਂ ਇਹ ਹੈਗਾ ਕਿ ਪਿਛਲੇ ਸਮੇਂ 'ਚ ਤੁਸੀਂ ਦੇਖੋ ਜਿਹੜੀ ਪੋਲੀਟਿਕਸ ਸੀਗੀ, ਇਸ਼ੂਜ ਹੁੰਦੇ ਸੀਗੇ ਸਾਰੇ ਮੁਲਕਾਂ 'ਚ, ਹੁਣ ਇਸ਼ੂਜ ਦੀ ਥਾਂ 'ਤੇ ਇੱਕ ਹੋਰ ਵੱਖਰਾ ਡਿਸਕੋਰਸ ਸ਼ੁਰੂ ਹੋ ਗਿਆ। ਇੰਡੀਆ ਦੇ ਵਿੱਚ ਵੀ ਤੁਸੀਂ ਵੇਖੋ ਸਾਰਾ ਕਰਨ ਦਾ, ਠੀਕ ਹੈ ਨਾ। ਸੋ ਉੱਥੇ ਵੀ ਜਿਹੜਾ ਹੋਇਆ ਹੈਗਾ ਟਰੰਪ ਵਾਲੇ ਮਾਮਲੇ 'ਚ, ਟਰੰਪ ਆਪਣੇ ਆਪ 'ਚ ਇੱਕ ਸਬਜੈਕਟ ਹੋ ਗਿਆ, ਇੱਕ ਇਸ਼ੂ ਹੋ ਗਿਆ, ਉਹ ਕੀ ਕਰਦਾ, ਕੀ ਬਿਹੇਵ ਕਰਦਾ, ਕੀ ਬੋਲਦਾ, ਸਾਰੀ ਬਹਿਸ ਹੈ ਜਿਹੜੀ ਬਹੁਤੀ ਉੱਥੇ ਚੱਲ ਪੈਂਦੀ ਹੈ। ਇਸ਼ੂ ਵਿੱਚ ਉੱਠਦੇ ਨੇਗੇ ਪਰ ਇਸ਼ੂ ਥੋੜ੍ਹਾ ਜਿਹਾ ਪਿੱਛੇ ਰਹਿ ਜਾਂਦੇ ਗੇ। ਇਹ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ, ਇਹਨੇ ਬੇਸ਼ੱਕ ਡਿਬੇਟਾਂ 'ਚ ਵੀ ਆ ਰਿਹਾ, ਪੂਰਾ ਉੱਭਰ ਕੇ ਆ ਰਿਹਾ ਹੈਗਾ, ਜੋ ਬਿਡਨ ਸਾਰਾ ਬੋਲਦਾ, ਟਰੰਪ ਆਪਣਾ ਸਾਰਾ ਕਰਦਾ, ਉਹਨਾਂ ਦੇ ਡਿਸੀਜਨ ਸਾਰੇ ਬੋਲ ਰਹੇ, ਸਾਰੇ ਕਰਦੇ ਹੈਗੇ। ਸੋ ਇਹ ਕਾਊਂਟ ਕਰੂਗਾ, ਇਹ ਬਿਲਕੁਲ ਹੀ ਨਹੀਂ, ਕਿਉਂਕਿ ਜਿਹੜੇ ਲੋਕ ਜਾ ਰਹੇ ਨੇ, ਜਿਨ੍ਹਾਂ ਦੇ ਦੇਖੋ ਅੱਗੇ ਕੀ ਸੀ, ਤੁਸੀਂ ਪੋਲੀਟੀਕਲ ਜਿਹੜਾ ਅਸਾਈਲਮ ਦਿੰਦਾ ਸੀ ਉਹਨੂੰ ਬੜੀਆਂ ਪੋਸੀਬਿਲਟੀ ਸੀਗੀਆਂ, ਤੁਹਾਡੇ ਭੈਣ ਭਰਾ ਆ ਜਾਂਦੇ ਸੀ, ਤੁਹਾਡੇ ਮਾਪੇ ਤੱਕ ਆਉਂਦੇ ਸੀ, ਹੁਣ ਜਿਸ ਕਿਸਮ ਦਾ ਸਕੰਜਾ ਕੱਸ ਰਿਹਾ ਜੀ, ਜਿੰਨੀਆਂ ਉਹਦੇ ਵਿੱਚ ਚੇਂਜਾਂ ਤਬਦੀਲੀਆਂ ਕਰ ਰਿਹਾ ਹੈਗਾ, ਉਹ ਤਾਂ ਬਹੁਤ ਮਾਰੂ ਨੇਗੀਆਂ। ਜਿਹੜੇ ਲੋਕ ਉੱਥੇ ਰਹਿ ਰਹੇ ਨੇਗੇ ਉਹ ਆਪਣਾ ਸਾਰਾ ਪਿੱਛਾ ਜਿਹੜਾ ਹੈਗਾ ਉਹਨੂੰ ਭੁੱਲ ਨਹੀਂ ਸਕਦੇ, ਉਹਨਾਂ ਨੂੰ ਲੋੜ ਵੀ ਹੈ ਸਾਰੀ ਕਰਨ ਦੀ। ਇਹ ਬੇਸ਼ੱਕ ਇਸ਼ੂ ਦਬਿਆ ਹੋਇਆ ਲੱਗਦਾ ਹੋਵੇ, ਹਾਲਾਂ ਇਹਦਾ ਦਬਿਆ ਵੀ ਨਹੀਂ ਗਾ, ਇਹ ਕਾਊਂਟ ਕਰੂਗਾ ਬਹੁਤ ਵੱਡਾ। ਇੱਕ ਬੇਸਿਕ ਗੱਲ ਤਾਂ ਇੱਕ ਤਾਂ ਜੇ ਦੇਖੀਏ ਆਪਾਂ ਪਿੱਛੇ ਜਾਈਏ, ਝਾਤ ਮਾਰੀਏ, ਸਾਡਾ ਜਿਹੜਾ ਪਰਿਵਾਰ ਉੱਧਰ ਨੂੰ ਸ਼ੁਰੂ ਹੋਇਆ ਜਾਣਾ ਕੈਨੇਡਾ ਤੋਂ ਪਹਿਲਾਂ ਹੋਇਆ ਸ਼ੁਰੂ ਜਾਣਾ, ਉੱਤਰੀ ਅਮਰੀਕਾ ਦਾ ਅਸੀਂ ਉਹਨੂੰ ਸਾਂਝਾ ਤੌਰ 'ਤੇ ਕਹਿ ਦਿਆਂਗੇ, ਪਰ ਕਿਉਂਕਿ ਬ੍ਰਿਟਿਸ਼ ਰਾਜ ਸੀ ਸਾਡੇ ਇੱਥੇ ਅਤੇ ਕੈਨੇਡਾ ਬ੍ਰਿਟਿਸ਼ ਰਾਜ ਦੇ ਅਧੀਨ ਸੀਗਾ, ਸੋ ਸਾਡੇ
ਕਾਮਾਗਾਟਾ ਮਾਰੂ ਹੈਗੇ ਜਾਂ ਹੋਰ ਗਏ, ਉਹ ਕੈਨੇਡਾ ਵੱਲ ਨੂੰ ਗਏ। ਸੋ ਉੱਥੋਂ ਆ ਕੇ ਕੈਨੇਡਾ ਦੇ ਵਿੱਚ, ਕਿਉਂਕਿ ਉੱਥੋਂ ਦੀ ਜਿਹੜੀ ਸਟਰਕਚਰ ਹੈ ਸਰਕਾਰ ਦਾ ਵੱਖਰੇ ਤੌਰ 'ਤੇ, ਉੱਥੇ ਇੰਨੀ ਸਮੱਸਿਆ ਨਹੀਂ ਸੀ ਸਿਟੀਜ਼ਨਸ਼ਿਪ ਦੇ ਵਿੱਚ, ਜਿੱਥੇ ਇੱਥੇ ਬਹੁਤ ਲੇਟ ਜਾ ਕੇ ਮਿਲੀ ਹੈਗੀ, ਹੈ ਨਾ। ਉਹਨਾਂ ਦੇ ਕਾਨੂੰਨ ਵੀ ਨਰਮ ਨੇਗੇ। ਅਮੈਰੀਕਾ ਦੇ ਵਿੱਚ ਇੰਨੀ ਸਖਤੀ ਹੋਣ ਕਰਕੇ ਥੋੜ੍ਹੇ ਆਏ ਬੱਸੋਂ, ਮਤਲਬ ਉਹਨਾਂ ਦੀ ਆਮਦ ਥੋੜ੍ਹੀ ਹੋਈ, ਅਤੇ ਮੁੜ ਕੇ ਫਿਰ ਉਹ ਆਪਣੇ ਪਹਿਲਾਂ ਸੈਟਲ ਹੋਣ 'ਤੇ ਲੱਗ ਗਏ ਹੈਗੇ। ਮੈਨੂੰ ਲੱਗਦਾ ਇਹਦੇ, ਇਹ ਇੱਕ ਬੜਾ ਇੰਪਾਰਟੈਂਟ ਸਵਾਲ ਹੈ ਵੈਸੇ ਇਸ ਇਸ਼ੂ ਦੇ ਉੱਤੇ ਬਹੁਤ, ਇਹਨੂੰ ਸਟੱਡੀ ਕਰਨ ਵਾਲਾ ਵੀ ਬਣਦਾ ਹੈਗਾ ਵੀ ਇਹਦੇ ਵਿੱਚ ਕੈਨੇਡਾ ਦੇ ਵਿੱਚ ਕਿਉਂ ਆਇਆਗਾ। ਬੇਸਿਕ ਕਾਰਨ ਇਹ ਹੈ ਕਿ ਜਿਹੜੀ ਕੈਨੇਡਾ ਦੀ ਬਣਤਰ ਹੈ ਸਾਰੀ ਸਰਕਾਰ ਦੀ, ਜਿਹੜਾ ਸਿਸਟਮ ਹੈ ਉੱਥੋਂ ਸਾਰਾ ਹੈਗਾ, ਉਹ ਇਹ ਤੁਹਾਨੂੰ ਖੁੱਲ੍ਹ ਵੀ ਦਿੰਦਾ, ਤੁਹਾਨੂੰ ਸਿਮੀਲੇਟ, ਫਿਰ ਉਹ ਵੱਡੀ ਕਮਿਊਨਿਟੀ 'ਚ ਸਿਮੀਲੇਟ ਵੀ ਤੁਸੀਂ ਬਹੁਤ ਕੀਤੇ ਹੋਗੇ, ਤਾਂ ਉਹ ਇਸ ਪੱਧਰੇ ਪੱਧਰ 'ਤੇ ਐਕਟਿਵ ਹੋ ਕੇ ਆ ਗਏ। ਅਮੈਰੀਕਾ ਦੇ ਵਿੱਚ ਕੁਦਰਤੀ ਅਨਫਾਰਚੂਨੇਟਲੀ ਸਿੱਖ ਬਿਲਕੁਲ ਆਟੇ 'ਚ ਲੂਣ ਵਾਲੀ ਗੱਲ ਹੀ ਹੋ ਗਈ। ਇੰਡੀਅਨ ਕਮਿਊਨਿਟੀ ਮੋਦੀ ਅਤੇ ਟਰੰਪ ਦੇ ਆਉਣ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਹਿੰਦੂ ਆਸਪੈਕਟ ਸੀਗਾ ਜਾਂ ਇੰਡੀਅਨ ਜਿਹੜਾ ਪਛਾਣ ਸੀ, ਉਹ ਹਿੰਦੂ ਪਛਾਣ ਵਜੋਂ ਉਭਰੀ। ਉਹਦੇ ਬਿਜ਼ਨਸ ਵੀ ਹੈ ਇੱਕ ਢੰਗ ਦਾ, ਵੀ ਉੱਥੇ ਜਿਹੜੀ ਗੁਜਰਾਤੀ ਕਮਿਊਨਿਟੀ ਹੈ, ਬਿਜ਼ਨਸ 'ਤੇ ਉਹਦਾ ਬਹੁਤ ਵੱਡਾ ਹਿੱਸਾ ਹੈਗਾ, ਬੜੀ ਵੈਲ ਸੈਟਲਡ ਹੈਗੀ। ਉਹਨਾਂ ਨੇ, ਕਿਉਂਕਿ ਮੋਦੀ ਨਾਇਕ ਆ ਗਿਆ ਸੀਗਾ, ਸੋ ਉਹਨਾਂ ਨੇ ਸਾਰਾ ਜਿਹੜਾ ਡਿਸਕੋਰਸ ਸੀਗਾ ਉਹ ਮੋਦੀ ਟਰੰਪ ਦੇ ਉੱਤੇ ਲਿਆ ਕੇ ਵਾ, ਅਤੇ ਟਰੰਪ ਕੁਦਰਤੀ ਉਹ ਕਹਾਂ ਮੋਦੀ ਦਾ ਜੇ ਆਪਾਂ ਇੱਕੋ ਹੀ ਰੂਪ ਦੋਨੋਂ ਮਿਲ ਗਏ ਨਾ ਕਰਕੇ। ਸੋ ਉਹਨਾਂ ਨੇ ਇੰਨੀ ਇਮੋਸ਼ਨਲ ਕਿਸਮ ਦਾ ਇੱਕ ਪੈਦਾ ਕਰ ਲਿਆ, ਐਡੇ ਵੱਡੇ ਇਕੱਠ ਕਰਨੇ, ਹੋਡੀ ਮੋਡੀ ਕਰਨਾ, ਜੋ ਵੀ ਕੁਛ ਹੋਇਆਗਾ। ਮਤਲਬ ਤੁਸੀਂ ਭਾਰਤ ਦਾ ਜਿਹੜਾ ਆਜ਼ਾਦੀ ਦਿਵਸ ਹੈ, ਉੱਥੇ ਨਿਊਯਾਰਕ ਦੇ ਵਿੱਚ ਤੁਸੀਂ ਜਾ ਕੇ ਟਾਈਮ ਸਕਿਓਰ 'ਤੇ ਬੁਲਾ ਰਹੇ ਹੋ, ਸਾਰਾ ਕੁਛ ਕਰਨ ਦਿਓਗੇ, ਇਹਦਾ ਅਮੈਰੀਕਨ ਸਿਸਟਮ 'ਚ ਤਾਂ ਉੱਥੇ ਕੋਈ ਉਹਨਾਂ ਦੀ ਸਾਰੀ ਕਰਨ ਦੀ ਨਹੀਂ। ਸੋ ਇੰਡੀਆ ਦੀ ਪੋਲੀਟਿਕਸ ਇੱਕ ਢੰਗ ਦੀ ਹੋ ਰਹੀ ਹੈ, ਅਤੇ ਉਸੇ ਕਰਕੇ ਜਿਹੜੀਆਂ ਵੋਟਾਂ ਦਾ ਵੀ ਪੈਟਰਨ ਹੈਗਾ। ਪਰ ਹੁਣ ਜਦੋਂ ਆ ਹੋਇਆ, ਜਿਸ ਕਿਸਮ ਦਾ ਟਰੰਪ ਦੇ ਰਿਹਾ, ਸਾਰੇ ਕਮੈਂਟ ਕਰ ਰਿਹਾ ਫਿਲਥੀ ਇੰਡੀਆ ਜਾਂ ਹੋਰ ਕਰਕੇ, ਜਿਹੜਾ ਸੈਂਸਿਟਿਵ ਇੰਡੀਅਨ ਹੈ, ਜਿਹੜਾ ਕੱਟੜ ਨਹੀਂ ਹੈ, ਜਿਹੜਾ ਬਿਲਕੁਲ ਮੋਦੀ ਭਗਤ ਨਹੀਂ ਹੈਗਾ, ਉਹ ਪਿੱਛੇ ਹਟਿਆ।